ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਕਿਸਾਨ ਹੁਣ ਆਰ ਪਾਰ ਦੀ ਲੜਾਈ ਦੇ ਮੂਡ ਦੇ ਵਿੱਚ ਨਜ਼ਰ ਆ ਰਹੇ ਸੀ, ਕਿਉਂਕਿ ਪਹਿਲਾਂ ਡੀਸੀ ਦਫ਼ਤਰ ਦੇ ਬਾਹਰ ਐਗਰੀਟੇਸ਼ਨ ਕੀਤਾ ਅਤੇ ਉਸ ਤੋਂ ਬਾਅਦ ਅੱਜ ਵੱਡਾ ਐਲਾਨ ਕਿਸਾਨਾਂ ਨੇ ਕੀਤਾ। ਕੀ ਐਲਾਨ ਕੀਤਾ ਜੀ, ਕਿਸ ਤਰ੍ਹਾਂ ਦਾ ਐਗਰੀਟੇਸ਼ਨ ਰਹੇਗਾ, ਖੇਤੀਬਾੜੀ ਮੰਤਰੀ ਦਾ ਘਿਰਾਓ ਕਦੋਂ ਤੋਂ ਸ਼ੁਰੂ ਕਰ ਰਹੇ ਹੋ? ਅਸੀਂ ਇਹ ਘਿਰਾਓ ਦਾ ਐਲਾਨ ਆ ਜਿਹੜਾ 5 ਮਈ ਤੋਂ ਕੀਤਾ, ਕਿਉਂਕਿ ਅਸੀਂ 4 ਅਪ੍ਰੈਲ ਤੋਂ ਲਗਾਤਾਰ ਬੈਠੇ ਹਾਂ। ਅੱਜ ਤੱਕ ਭਾਵੇਂ ਟੁੱਟੀਆਂ ਭੱਜੀਆਂ ਜੀਆਂ, ਇੱਥੋਂ ਦੇ ਖੇਤੀ ਮੰਤਰੀ ਨਾਲ ਮੀਟਿੰਗਾਂ ਵੀ ਹੋ ਚੁੱਕੀਆਂ, ਪਰ ਨਿਬੜਿਆ ਕੁਛ ਨਹੀਂ। ਬਠਿੰਡੇ ਜ਼ਿਲ੍ਹੇ ਦਾ ਜਿਹੜਾ ਡੀਸੀ ਹੈ, ਇਹ ਤਾਂ ਕਿਸਾਨਾਂ ਨਾਲ ਬਿਲਕੁਲ ਗੱਲ ਕਰਨ ਵਾਸਤੇ ਤਿਆਰ ਨਹੀਂ, ਕਿਉਂਕਿ ਇਹ 2 ਮਾਰਚ ਨੂੰ ਗੜੇਮਾਰੀ ਹੁੰਦੀ ਹੈ। 5 ਮਾਰਚ ਨੂੰ ਅਸੀਂ ਬਕਾਇਦਾ 6 ਨਿਕਾਤੀ ਆਪਦਾ ਮਤਲਬ ਜਿਹੜੇ ਮੰਗਾਂ ਉਹਦਾ ਅਸੀਂ ਬਕਾਇਦਾ ਮੰਗ ਪੱਤਰ ਦਿੱਤਾ, ਜਿਹਦੇ 'ਚ ਮਤਲਬ ਆਹ ਗੜੇਮਾਰੀ ਦਾ ਮਾਮਲਾ ਜਾਂ ਗੈਸ ਪਾਈਪਲਾਈਨ ਦਾ ਪਿਛਲੀ 15 ਮਈ ਨੂੰ ਪਿਛਲੇ ਸਾਲ ਦਾ ਸਮਝੌਤਾ ਹੋਇਆ ਉਹ ਲਾਗੂ ਕਰਨ ਦਾ ਮਾਮਲਾ, ਇਸੇ ਤਰ੍ਹਾਂ ਹੀ ਰੇਕੇ ਕਲਾਂ ਤੋਂ ਸ਼ੁਰੂ ਹੋਈ ਪਸ਼ੂਆਂ ਦੀ ਬਿਮਾਰੀ ਵੱਡੀ ਪੱਧਰ 'ਤੇ ਪੰਜਾਬ 'ਚ, ਖਾਸ ਕਰਕੇ ਬਠਿੰਡੇ ਜ਼ਿਲ੍ਹੇ ਅਤੇ ਬਰਨਾਲਾ ਜ਼ਿਲ੍ਹੇ 'ਚ ਫੈਲ ਰਹੀ ਹੈ, ਅਤੇ ਬਹੁਤ ਸਾਰੇ ਪਸ਼ੂ ਆ ਜਿਹੜੇ ਕਿਸਾਨਾਂ ਕੋਲੋਂ ਭੁਰ ਰਹੇ ਆ। ਉਹਦੇ ਮੁਆਵਜ਼ੇ ਦੀ ਮੰਗ ਕੀਤੀ ਹੈ, ਜਾਂ ਇਸੇ ਤਰ੍ਹਾਂ ਭਾਰਤਮਾਲਾ ਪ੍ਰੋਜੈਕਟ ਦਾ ਮਾਮਲਾ, ਇੱਕ ਗੈਸ ਤੇਲ ਪਾਈਪਲਾਈਨ ਦਾ ਰੌਲਾ ਸੀ, ਉਹ ਚਲੋ ਪਿਛਲੀ 16 ਤਰੀਕ ਨੂੰ ਨਿਬੜ ਗਿਆ। ਜਿਹੜੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਲਗਾਤਾਰ ਬੈਠੇ ਹਾਂ, ਪਰ ਅੱਜ ਤੱਕ ਜੋ ਸਰਕਾਰ ਦਾ ਫਰਜ਼ ਬਣਦਾ ਹੁੰਦਾ, ਕਿਉਂਕਿ ਚੋਣਾਂ ਦਾ ਬਰ ਹੈ, ਚੋਣਾਂ ਦਾ ਬਕਾਇਦਾ ਐਲਾਨ 'ਚ ਹੋ ਚੁੱਕਿਆ, ਅਤੇ ਜਿਹੜਾ ਗੜੇਮਾਰੀ ਹੋਈ ਹੈ ਤਾਂ ਚੋਣਾਂ ਦੇ ਐਲਾਨ ਤੋਂ ਪਹਿਲਾਂ ਦੀ ਹੋਈ ਹੋਈ ਹੈ, ਕੋਈ ਸੁਣਵਾਈ ਨਹੀਂ ਹੋਈ। ਲੱਗਦਾ ਨਹੀਂ ਚੋਣ ਜਾਬਤਾ ਲੱਗਿਆ, ਥੋੜ੍ਹਾ ਇੰਤਜ਼ਾਰ ਹੋਰ ਕਰ ਲੈਂਦੇ? ਚੋਣ ਜਾਬਤੇ ਦਾ ਕੋਈ ਰੌਲਾ ਨਹੀਂਗਾ। ਜਿਹੜਾ ਕੋਈ ਕੁਦਰਤੀ ਆਫਤ ਨਾਲ ਨੁਕਸਾਨ ਹੁੰਦਾ, ਖਾਸ ਕਰਕੇ ਖੇਤੀ ਦਾ ਨੁਕਸਾਨ ਹੁੰਦਾ, ਇਹਦੀ ਭਰਪਾਈ ਕੌਮੀ ਰਾਹਤ ਫੰਡ ਆ, ਜਿਹੜੇ ਮਤਲਬ ਕੁਦਰਤੀ ਆਫਤ ਨਾਲ ਨੁਕਸਾਨ ਉਹਦੇ ਵਾਸਤੇ ਰੱਖੇ ਹੁੰਦੇ ਆ, ਉਹਦੇ 'ਚੋਂ ਦੇਣਾ ਹੁੰਦਾ। ਇਹ ਕਿਹੜਾ ਕੋਈ ਸਰਕਾਰ ਨੇ ਨਵੀਂ ਗ੍ਰਾਂਟ ਦੇਣੀ ਆ ਵੀ ਵਿਰੋਧੀ ਪਾਰਟੀਆਂ ਵਿਰੋਧ ਕਰਨਗੀਆਂ, ਕਿਉਂਕਿ ਅਸੀਂ ਪਿਛਲੀ ਵਾਰ ਵੀ 2022 ਦੇ ਵਿੱਚ ਜਦੋਂ ਗੜੇਮਾਰੀ ਮਤਲਬ ਗੁਲਾਬੀ ਸੁੰਡੀ ਪਈ ਹੈ, ਤਾਂ ਨਰਮੇ ਦੇ ਮੁਆਵਜ਼ੇ ਦੀ ਖਾਤਰ ਵੀ ਉਦੋਂ ਚੋਣਾਂ ਦੇ ਦਿਨ ਸੀ, ਬਕਾਇਦਾ ਅਸੀਂ ਸਰਕਾਰ ਦੀ ਘੇਰਾ ਘਰਾਈ ਕਰਕੇ 17,000 ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਇਹ ਮੁਆਵਜ਼ਾ ਲਿਆ। ਇਸ ਕਰਕੇ ਇਹ ਤਾਂ ਬਹਾਨੇ ਆ ਚੋਣ ਕਮਿਸ਼ਨ ਦੇ, ਇਹ ਲਾ ਰਹੇ ਆ, ਚੋਣ ਕਮਿਸ਼ਨ ਦਾ ਕੋਈ ਰੌਲਾ ਨਹੀਂ, ਬਕਾਇਦਾ ਮਨਜ਼ੂਰੀ ਮਿਲ ਜਾਂਦੀ ਹੁੰਦੀ ਹੈ। ਡੀਸੀ ਵੀ ਮੰਨਿਆ ਵੀ ਉੱਧਰੋਂ ਕੋਈ ਰੌਲਾ ਨਹੀਂ, ਸਰਕਾਰ ਪੈਸੇ ਪਾ ਦੇ ਅਸੀਂ ਵੰਡ ਦਿਆਂਗੇ। ਕੀ ਲੱਗਦਾ ਐਗਰੀਟੇਸ਼ਨ ਦੇ ਨਾਲ ਹੱਲ ਹੋ ਜੂਗਾ, ਮੰਗਾਂ ਪੂਰੀਆਂ ਹੋ ਜਾਣਗੀਆਂ, ਮੁਆਵਜ਼ੇ ਤੁਹਾਡੇ ਸਾਥੀ ਨੇ ਗੱਲ ਕੀਤੀ ਹੈ? ਹਾਂਜੀ ਹਾਂਜੀ ਬਿਲਕੁਲ, ਐਗਰੀਟੇਸ਼ਨ ਦੇ ਨਾਲ ਮਸਲੇ ਹੱਲ ਹੋਣੇ ਨੇ, ਕਿਉਂਕਿ ਜੇ ਪੰਜਾਬ ਸਰਕਾਰ ਇਲੈਕਸ਼ਨ ਕੋਡ ਦੇ ਚੱਲਦੇ ਚੱਲਦੇ 2500 ਕਰੋੜ ਦਾ ਕਰਜ਼ਾ ਲੈ ਸਕਦੀ ਹੈ, ਕਿਉਂਕਿ ਉਹ ਛੋਟੀ ਗੱਲ ਨਹੀਂ ਗੀ, 2500 ਕਰੋੜ 2500 ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਨੇ ਲੈ ਲਿਆ, ਹੁਣ ਪਰਸੋਂ ਤੁਸੀਂ ਕੱਲ੍ਹ ਹੀ ਤੁਸੀਂ ਸੁਣਿਆ ਹੋਣਾ ਇਹਨਾਂ ਨੇ ਲੈ ਲਿਆ, ਅਤੇ ਫਿਰ ਸਾਡੇ ਵਾਸਤੇ ਕਿਉਂ ਨਹੀਂ, ਗਰੀਬਾਂ ਵਾਸਤੇ 2 ਰੁਪਏ ਪੈ ਸਕਦੇ? ਜੇ ਮੰਨ ਲਓ ਉਦੋਂ ਪਹਿਲਾਂ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਬਲਜਿੰਦਰ ਕੌਰ ਨੇ ਮੁੱਦਾ ਉਠਾਇਆ ਸੀਗਾ, ਉਹ ਕਹਿੰਦੀ ਮੈਂ ਫੰਡ ਨਹੀਂ ਵੰਡਣ ਦਿੰਦੀ, ਜਿਹੜੇ ਮੁਆਵਜ਼ਾ ਸੀਗਾ, ਅਤੇ ਉਹ ਫਿਰ ਉਹ ਵਿਰੋਧੀ ਧਿਰਾਂ ਨੇ ਵੀ ਆ ਕੇ ਉਹਦੇ 'ਚ ਧਰਨੇ ਲਾ ਲਏ ਸੀਗੇ। ਕੀ ਲੱਗਦਾ ਕਿੰਨਾ ਕੁ ਮੁਆਵਜ਼ਾ ਕਿਸਾਨਾਂ ਤੁਹਾਡੇ ਸੈਲ ਨਾਲ ਹੈ, ਕਿੰਨੀ ਕੁ ਖਰਾਬ ਫਸਲਾਂ ਹੋਈਆਂ ਨੇ, ਕੀ ਲੱਗ ਰਿਹਾ? ਫਸਲ ਇੱਥੇ ਘੱਟੋ ਘੱਟ ਜੀ ਪਹਿਲੇ ਗੇੜ ਦੇ ਵਿੱਚ 26 ਪਿੰਡਾਂ ਦੇ ਵਿੱਚ ਤਬਾਹੀ ਮਚਾਈ ਹੈ। ਉਹਦੇ 'ਚ ਫਸਲਾਂ, ਕਣਕ, ਸਰੋਂ ਅਤੇ ਚਾਰਾ ਸਾਰਾ ਦਾ ਸਾਰਾ ਸੱਤਿਆਨਾਸ਼ ਹੋ ਗਿਆ, ਕੋਈ ਵੀ ਪੱਲੇ ਨਹੀਂ ਪਾ ਰਿਹਾ। ਉਦੋਂ ਬਾਅਦ ਹੁਣ ਜਿਹੜਾ ਘੁੱਦੇ ਪਿੰਡ ਦੇ ਵਿੱਚ ਮੇਰਾ ਖਿਆਲ ਘੱਟੋ ਘੱਟ 30-50 ਏਕੜ ਕਣਕ ਨੂੰ ਹੁਣ ਅੱਗ ਲੱਗੀ ਹੈ, ਉਹ ਵੀ ਤਬਾਹ ਹੋ ਗਈ। ਇਸ ਕਰਕੇ ਕਾਫੀ ਕਿਸਾਨਾਂ ਦਾ ਜਾਣੀ ਹੋਇਆ, ਇਹਦੀ ਭਰਪਾਈ ਸਰਕਾਰ ਨੂੰ ਕਰਨੀ ਬਣਦੀ ਹੈ, ਕਿਉਂਕਿ ਸੰਵਿਧਾਨ ਦੇ ਵਿੱਚ ਹੈਗਾ ਇਹ, ਕੋਈ ਵੀ ਜਦੋਂ ਇਹ ਜਿਹੇ ਫੰਡ ਹੁੰਦੇ ਨੇ ਕੁਦਰਤੀ ਆਫਤ ਵਾਲੇ, ਉਹ ਫੰਡ ਜਮ੍ਹਾਂ ਹੁੰਦੇ ਨੇ, ਉਹਦੇ 'ਤੇ ਚੋਣ ਜ਼ਾਬਤੇ ਦਾ ਕੋਈ ਅਸਰ ਨਹੀਂ ਹੁੰਦਾ। ਦੂਜੀ ਗੱਲ, ਮੈਂ ਤਾਂ ਇਹ ਸੋਚਦਾ, ਮੰਨ ਲਓ ਕੋਈ ਇਹੋ ਜਿਹੀ ਵੱਡੀ ਤਬਾਹੀ ਮਨੁੱਖੀ ਸਰੀਰਾਂ ਦੀ ਆ ਜਾਵੇ, ਇਹ ਜਿਹਾ ਆ ਜਾਵੇ, ਤਾਂ ਫਿਰ ਉਦੋਂ ਐਂ ਦੇਖਣਗੇ ਵੀ ਇਹ ਚੋਣ ਜ਼ਾਬਤਾ ਲੱਗਿਆ, ਇਹਨਾਂ ਦਾ ਕੋਈ ਇਲਾਜ ਨਹੀਂ ਕਰਾਉਣਾ, ਇਹਨਾਂ ਦਾ ਐਂ ਨਹੀਂ ਕਰਨਾ, ਕਿਉਂਕਿ ਇਹ ਚੋਣ ਜ਼ਾਬਤੇ ਤੋਂ ਬਾਹਰ ਦੀ ਗੱਲ ਆ ਜਿਹੜੀ ਕੁਦਰਤੀ ਆਫਤੇ ਆਉਂਦੀ ਹੈ। ਬਿਲਕੁਲ, ਕਿਸਾਨ ਨੇ ਗੁੱਸੇ 'ਚ ਨੇ ਕਹਿ ਰਹੇ ਕਿ ਮੁਆਵਜ਼ਾ ਜਲਦੀ ਤੋਂ ਜਲਦੀ ਅਨਾਊਂਸ ਕੀਤਾ ਜਾਵੇ, 5 ਮਈ ਤੋਂ ਖੇਤੀਬਾੜੀ ਮੰਤਰੀ ਦੇ
ਘਰ ਦਾ ਘਰਾਓ ਕੀਤਾ ਜਾਏਗਾ। ਉੱਥੇ ਹੀ ਜਿੱਥੇ ਚੋਣ ਪ੍ਰਚਾਰ ਕਰਨਗੇ ਉਹਨਾਂ ਜਗ੍ਹਾਵਾਂ ਦੇ ਉੱਪਰ ਵੀ ਉਹਨਾਂ ਨੂੰ ਸਵਾਲ ਕੀਤੇ ਜਾਣਗੇ ਅਤੇ ਐਗੀਟੇਸ਼ਨ ਉਹਨਾਂ ਦੇ ਖਿਲਾਫ ਵੀ ਕੀਤਾ ਜਾਣਾ।